ਕਹਾਣੀ ਸਿੱਖ ਸਲਤਨਤ ਦੇ ਅਰੂਜ ਦੀ ਸ਼ੇਰ ਦਿਲ ਬਹਾਦਰ ਤੇ ਨਿਡਰ ਕੌਮ ਦੇ ਸ਼ੁਰੂਆਤੀ ਵਕਤ ਦੀ ਮੱਚ ਅਵੇਟਡ ਪੰਜਾਬੀ ਮੂਵੀ 2023 ਮਸਤਾਨੇ ਜਿਹੜੀ 9 ਸਤੰਬਰ ਨੂੰ ਰਿਲੀਜ਼ ਹੋਣੀ ਆ। ਇਸ ਫਿਲਮ ਦੇ ਮੇਨ ਕਿਰਦਾਰ ਤਰਸੀਮ ਜੱਸਰ, ਗੁਰਪ੍ਰੀਤ ਘੁੱਗੀ, ਸਿੰਮੀ ਚਹਿਲ, ਜਿਨ੍ਹਾਂ ਨੂੰ ਤਕਰੀਬਨ ਸਾਰੇ ਪੰਜਾਬੀ ਜਾਣਦੇ ਨੇ। ਟੀਜ਼ਰ ਵਿੱਚ 5 ਸਿੱਖਾਂ ਦੀ ਬੇੜੀਆਂ ਵਿੱਚ ਬੰਨੇ ਦਿਖਾਈ ਦਿੰਦੇ ਨੇ, 5 ਆਮ ਬੰਦੇ ਜਿਹੜੇ ਬਾਅਦ ਵਿੱਚ ਸਮਝਦੇ ਨੇ ਕਿ ਸਿੱਖ ਹੋਣਾ ਕੀ ਆ ਤੇ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਕੀ ਆ। ਇਹ 5 ਜਣੇ ਕਿੱਦਾਂ ਸਿੱਖ ਕੌਮ ਦੀ ਪਹਿਚਾਣ ਬਣਦੇ ਆ ਤੇ ਕਿੰਨੀਆਂ ਮੁਸ਼ਕਲਾਂ ਇਹਨਾਂ 'ਤੇ ਆਉਂਦੀਆਂ ਨੇ। ਅਗਰ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰਾਂ ਨੂੰ ਇਸ ਕਹਾਣੀ ਦੇ ਬਾਰੇ ਪਤਾ ਹੋਵੇ ਕਿ ਇਹ ਸੱਚੀ ਕਹਾਣੀ ਆ ਜਾਂ ਫਿਰ ਨਹੀਂ, ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰ ਦਿਓ। ਮਿਲਦੇ ਹਾਂ ਨਵੀਂ ਵੀਡੀਓ ਵਿੱਚ, ਉਦੋਂ ਤੱਕ ਸਾਰਿਆਂ ਨੂੰ ਰੱਬ ਰੱਖ।